हाँ जी, सत श्री अकाल दोस्तों। मैं तुहाडा अपना गुरमन विरसा ते तुंबी सीखण दे अज दे तीजे लैसन विच तुहाडा बहुत बहुत स्वागत है। सो आपां हुण तक पहले दो लैसन देख चुके हाँ। सो जिन्हां विच आपां पहले लैसन विच सीखिया सी कि तुंबी की है, कित्थों आई है ते इहदे पार्ट्स दा की नाम है, ਤੇ ਇਹਨਾਂ ਨਾਲ ਜਾਣਕਾਰੀ ਆਪਾਂ ਤੁੰਬੀ ਦੀ ਸਾਂਝੀ ਕੀਤੀ ਸੀ ਤੇ ਤੁੰਬੀ ਨੂੰ ਗ੍ਰਿਪ ਕਿਵੇਂ ਕਰਨਾ ਉਹ ਵੀ ਆਪਾਂ ਪਹਿਲੇ ਲੈਸਨ ਵਿੱਚ ਸਿੱਖਿਆ ਸੀ। ਸੋ ਉਸ ਤੋਂ ਬਾਅਦ ਦੂਸਰੇ ਲੈਸਨ ਵਿੱਚ ਆਪਾਂ ਤੁੰਬੀ ਤੋਂ ਖੱਬੇ ਹੱਥ ਨਾਲ ਸੁਰ ਕੱਢਣੇ ਉਹ ਸਿੱਖੇ ਸੀ, ਜਿਹਦੇ ਵਿੱਚ ਆਪਾਂ ਪਹਿਲੀਆਂ ਦੋ ਉਂਗਲਾਂ ਦਾ ਯੂਜ਼ ਸਿੱਖਿਆ ਸੀ ਕਿ ਆਪਾਂ ਕਿਵੇਂ ਕਰਨਾ। ਸੋ ਇੱਕ ਇਹਨਾਂ ਤੋਂ ਇਲਾਵਾ ਇੱਕ ਲੈਸਨ ਹੋਰ ਸੀ ਜਿਹਦੇ ਵਿੱਚ ਆਪਾਂ ਤੁੰਬੀ ਨੂੰ ਟਿਊਨ ਕਰਨ ਬਾਰੇ ਸਿੱਖਿਆ ਕਿ ਤੁੰਬੀ ਨੂੰ ਟਿਊਨ ਕਿਵੇਂ ਕਰਨਾ ਮੋਬਾਈਲ ਦੇ ਰਾਹੀਂ। ਸੋ ਹੁਣ ਅੱਜ ਦਾ ਜੋ ਇਹ ਤੀਜਾ ਲੈਸਨ ਹੈ ਇਹਦੇ ਵਿੱਚ ਆਪਾਂ ਸਿੱਖਣ ਜਾ ਰਹੇ ਹਾਂ ਕਿ ਆਪਾਂ ਜਿਵੇਂ ਦੋ ਉਂਗਲਾਂ ਦਾ ਯੂਜ਼ ਕਰਦੇ ਸੀ ਤੇ ਉਹਦੇ ਨਾਲ ਹੁਣ ਆਪਾਂ ਇਹ ਤੀਜੀ ਉਂਗਲ ਐਡ ਕਰਨ ਜਾ ਰਹੇ ਹਾਂ ਕਿ ਤੀਜੀ ਉਂਗਲ ਨਾਲ ਕਿਵੇਂ ਸੁਰ ਕੱਢਣੇ ਨੇ। ਸੋ ਆਓ ਆਪਾਂ ਅੱਜ ਦਾ ਇਹ ਲੈਸਨ ਸਿੱਖੀਏ। ਸੋ ਜਿਨ੍ਹਾਂ ਨੇ ਪਹਿਲੇ ਲੈਸਨ ਨਹੀਂ ਦੇਖੇ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਪਹਿਲੇ ਲੈਸਨ ਜ਼ਰੂਰ ਸਿੱਖ ਕੇ ਆਓ, ਉਹਨਾਂ ਨੂੰ ਸਮਝ ਕੇ ਆਓ, ਤਾਂ ਹੀ ਆਪਾਂ ਇਹ ਲੈਸਨ ਸਮਝ ਸਕਾਂਗੇ। ਸੋ ਇੱਕ ਵਾਰ ਤੁਸੀਂ ਪਹਿਲੇ ਜੋ ਤਿੰਨ ਲੈਸਨ ਪਾਏ ਹੋਏ ਨੇ ਉਹਨਾਂ ਨੂੰ ਜ਼ਰੂਰ ਦੇਖ ਕੇ ਆਓ। ਸੋ ਆਓ ਅੱਜ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਇਹ ਲੈਸਨ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਆਪਾਂ ਤੁੰਬੀ ਨੂੰ ਟਿਊਨ ਕਰਨਾ ਕਿਸੇ ਵੀ ਇੱਕ ਸੁਰ 'ਤੇ। ਤੁਸੀਂ ਕਿਸੇ 'ਤੇ ਵੀ ਕਰ ਸਕਦੇ ਹੋ, ਜਿਵੇਂ ਮੈਂ ਤੁੰਬੀ ਨੂੰ ਹੁਣ ਸੀ 'ਤੇ ਟਿਊਨ ਕਰਾਂਗਾ, ਜਿਵੇਂ ਤੁਹਾਨੂੰ ਗ੍ਰਾਫ ਦਿਖ ਰਿਹਾ, ਟਿਊਨਰ ਵੀ ਦਿਖ ਰਿਹਾ ਸਕਰੀਨ 'ਤੇ। ਸੀ ਤੇ ਮੈਂ ਆਪਣੀ ਤਾਰ ਨੂੰ ਟਿਊਨ ਕਰਾਂਗਾ ਤੁੰਬੀ ਦੀ ਨੂੰ। ਸੋ ਤੁਸੀਂ ਦੇਖ ਰਹੇ ਹੋ ਕਿ ਤਾਰ ਹੈ ਜੋ ਟਿਊਨ ਹੋ ਚੁੱਕੀ ਹੈ ਆਪਣੀ ਸੀ ਤੇ। ਸੋ ਹੁਣ ਆਪਾਂ ਕੀ ਕਰਨਾ ਹੈ, ਤੁਸੀਂ ਕਿਸੇ ਵੀ ਆਪਣੀ ਤੁੰਬੀ ਦੀ ਰੇਂਜ ਦੇ ਅਕੋਰਡਿੰਗ ਵੀ ਇਹ ਕਿੰਨਾ ਉੱਚਾ ਜਾਂਦੀ ਹੈ ਜਾਂ ਕਿੰਨੀ ਕੁ ਹੇਠਾਂ ਨੂੰ ਆਉਂਦੀ ਹੈ ਉਸ ਅਕੋਰਡਿੰਗ ਤੁਸੀਂ ਕਿਸੇ ਵੀ ਸੁਰ ਤੇ ਤਾਰ ਨੂੰ ਟਿਊਨ ਕਰ ਲਓ। ਤੇ ਟਿਊਨ ਕਰਨ ਤੋਂ ਬਾਅਦ ਆਪਾਂ ਦੇਖਣਾ ਪਹਿਲੀ ਉਂਗਲ ਦੇ ਨਾਲ ਆਪਾਂ ਹੁਣ ਸੁਰ ਲੱਭਣੇ ਸ਼ੁਰੂ ਕਰਨੇ ਆ ਸਾਰੀਆਂ ਉਂਗਲਾਂ ਦੇ ਨਾਲ। ਆਪਾਂ ਪਹਿਲੀ ਉਂਗਲ ਨਾਲ ਕਿਹੜਾ ਸੁਰ ਲੱਭਣਾ, ਜਿਵੇਂ ਮੈਂ ਸੀ 'ਤੇ ਟਿਊਨ ਕੀਤਾ ਤਾਂ ਮੈਂ ਸੀ ਤੋਂ ਬਾਅਦ ਆਉਂਦਾ ਸੀ ਸ਼ਾਰਪ। ਹੁਣ ਮੈਂ ਕੀ ਕਰਨਾ, ਸੀ ਸ਼ਾਰਪ ਛੱਡ ਦੇਣਾ, ਸੀ ਸ਼ਾਰਪ ਤੋਂ ਬਾਅਦ ਕੀ ਆਉਂਦਾ ਡੀ। ਸੋ ਮੈਂ ਪਹਿਲੀ ਉਂਗਲ ਦੇ ਨਾਲ ਡੀ ਦੱਬਣਾ। ਸੋ ਆਪਾਂ ਹੁਣ ਇੱਥੇ ਲੱਭਦੇ ਹਾਂ ਕਿ ਡੀ ਕਿੱਥੇ ਆਉਂਦਾ, ਜਾਣੀ ਕਿ ਤੁਸੀਂ ਕਿਸੇ ਵੀ ਸੁਰ 'ਤੇ ਜਿਹੜੀ ਆਪਣੀ ਤਾਰ ਹੈ ਟਿਊਨ ਕੀਤੀ ਹੈ ਉਹ ਤੋਂ ਇੱਕ ਸੁਰ ਛੱਡ ਕੇ ਜਿਹੜਾ ਦੂਸਰਾ ਸੁਰ ਹੋਊਗਾ ਉਹਦੇ 'ਤੇ ਆਪਾਂ ਪਹਿਲੀ ਉਂਗਲ ਨਾਲ ਦੱਬਣਾ। ਸੋ ਆਓ ਆਪਾਂ ਦੇਖਦੇ ਹਾਂ ਇੱਥੇ ਕਿੱਥੇ ਆਵਾਜ਼ ਆਉਂਦੀ ਆ ਡੀ ਦੀ। ਇਹ ਸੀ ਦੀ ਆਵਾਜ਼ ਖੁੱਲ੍ਹੀ ਦਾ ਅਤੇ ਨਾਲ ਹੀ ਆਪਾਂ ਉਂਗਲ ਨਾਲ ਦੱਬਿਆ ਪਹਿਲੀ ਨਾਲ, ਇਹ ਸੀ ਸ਼ਾਰਪ ਤੋਂ ਉੱਪਰ ਆ ਰਹੀ ਹੈ, ਆਪਾਂ ਥੋੜ੍ਹਾ ਜਿਹਾ ਅੱਗੇ ਹੋਰ ਲੈ ਕੇ ਜਾਵਾਂਗੇ ਡੀ ਤੱਕ। ਹਾਂ ਦੇਖੋ ਇੱਥੋਂ ਇਹ ਡੀ ਦੀ ਆਵਾਜ਼ ਆ ਰਹੀ ਆ। ਸੋ ਪਹਿਲੀ ਉਂਗਲ ਦੇ ਨਾਲ ਆਪਾਂ ਇੱਕ ਸੁਰ ਛੱਡ ਕੇ ਜਿੱਥੋਂ ਤਾਰ ਟਿਊਨ ਕੀਤੀ ਉਸ ਤੋਂ ਬਾਅਦ ਇੱਕ ਸੁਰ ਛੱਡਣਾ ਅਤੇ ਪਹਿਲੀ ਉਂਗਲ ਨਾਲ ਉਹ ਸੁਰ ਦੱਬਣਾ। ਇਹ ਹੋ ਗਿਆ ਆਪਣਾ ਡੀ ਪਹਿਲੀ ਉਂਗਲ। ਹੁਣ ਨਾਲ ਆਪਾਂ ਦੂਜੀ ਉਂਗਲ ਨਾਲ ਕਿਹੜਾ ਸੁਰ ਦੱਬਣਾ, ਡੀ ਤੋਂ ਬਾਅਦ ਆਉਂਦਾ ਡੀ ਸ਼ਾਰਪ, ਡੀ ਸ਼ਾਰਪ ਆਪਾਂ ਛੱਡ ਦੇਣਾ। ਡੀ ਸ਼ਾਰਪ ਤੋਂ ਬਾਅਦ ਆਉਂਦਾ ਈ, ਜਿੱਥੋਂ ਈ ਦੀ ਆਵਾਜ਼ ਆਉਂਦੀ ਹੈ, ਜਾਣੀ ਕਿ ਇੱਕ ਸੁਰ ਹੋਰ ਛੱਡ ਕੇ, ਇੱਕ ਸੁਰ ਛੱਡ ਕੇ ਉਸ ਤੋਂ ਅਗਲੇ ਸੁਰ ਦੀ ਆਪਾਂ ਆਵਾਜ਼ ਲੱਭਣੀ ਹੈ ਵੀ ਕਿੱਥੋਂ ਆਉਂਦੀ ਹੈ। ਇੱਥੋਂ ਆਉਂਦੀ ਹੈ ਇੰਨੇ ਫਾਸਲੇ ਤੋਂ। ਸੋ ਮੈਂ ਦੂਜੀ ਉਂਗਲ ਨਾਲ ਇਸ ਜਗ੍ਹਾ ਤੋਂ ਪ੍ਰੈਸ ਕਰਨਾ, ਪਹਿਲੀ ਨਾਲ ਇੱਥੋਂ ਜਿੱਥੋਂ ਡੀ ਦੀ ਆਵਾਜ਼ ਆਉਂਦੀ ਹੈ, ਦੂਜੀ ਨਾਲ ਡੀ ਸ਼ਾਰਪ ਛੱਡ ਕੇ ਜਿੱਥੋਂ ਈ ਦੀ ਆਵਾਜ਼ ਆਉਂਦੀ ਹੈ, ਠੀਕ ਹੈ ਜੀ। ਅਤੇ ਹੁਣ ਤੀਜੀ ਉਂਗਲ ਨਾਲ ਆਪਾਂ ਕਿਹੜਾ ਸੁਰ ਦੱਬਣਾ, ਤੀਜੀ ਉਂਗਲ ਨਾਲ ਆਪਾਂ ਦੱਬਣਾ ਹੈ ਈ ਤੋਂ ਬਾਅਦ ਆਉਂਦਾ ਐਫ। ਸੋ ਆਪਾਂ ਤੀਜੀ ਉਂਗਲ ਨਾਲ ਆ ਜਿਹੜਾ ਉਹਦੇ ਨਾਲ ਹੀ ਹੋਊਗਾ ਕਿਉਂਕਿ ਤੀਜੀ ਉਂਗਲ ਜ਼ਿਆਦਾ ਦੂਰ ਨਹੀਂ ਜਾ ਸਕਦੀ, ਇਸ ਕਰਕੇ ਆਪਾਂ ਉਹਦੇ ਨਾਲ ਵਾਲਾ ਸੁਰ ਹੀ ਦੱਬਾਂਗੇ ਐਫ। ਸੋ ਐਫ ਦੀ ਆਵਾਜ਼ ਦੇਖੋ ਇਹਦੇ ਬਿਲਕੁਲ ਨਾਲ ਤੋਂ ਆਉਂਦੀ ਹੋਵੇਗੀ, ਆ ਦੇਖੋ ਉਹਦੇ ਬਿਲਕੁਲ ਨਾਲ। ਮੈਂ ਥੋੜ੍ਹਾ ਨੇੜੇ ਕਰਕੇ ਦਿਖਾਉਣਾ, ਸੋ ਇਹ ਤਿੰਨ ਸੁਰ ਹੈ ਜਿਹੜੇ ਆਪਾਂ ਲੱਭਣੇ ਨੇ।
ਤੇ ਇਹਨਾਂ ਦਾ ਕੀ ਆ, ਪਹਿਲੀ ਤਾਰ ਤੋਂ ਇੱਕ ਸੁਰ ਛੱਡ ਕੇ ਪਹਿਲੀ ਉਂਗਲ ਨਾਲ, ਉਹ ਤੋਂ ਬਾਅਦ ਫਿਰ ਇੱਕ ਸੁਰ ਛੱਡ ਕੇ ਦੂਜੀ ਉਂਗਲ, ਉਹ ਤੋਂ ਬਾਅਦ ਨਾਲ ਦੇ ਸੁਰ 'ਤੇ ਹੀ ਤੀਜੀ ਉਂਗਲ। ਸੋ ਇਹ ਆਪਣੇ ਸੁਰ ਹੈ ਅੱਜ ਦੇ। ਤੁਸੀਂ ਕਿਸੇ ਵੀ ਸੁਰ 'ਤੇ ਤਾਰ ਨੂੰ ਟਿਊਨ ਕਰੋਗੇ ਤਾਂ ਆਪਾਂ ਇਹ ਪੈਟਰਨ ਉੱਥੇ ਲੱਭਣਾ। ਸੋ ਆਓ ਹੁਣ ਆਪਾਂ ਇਹਨੂੰ ਵਜਾਉਣਾ ਕਿਵੇਂ ਆ ਇਹ ਵੇਖਦੇ ਹਾਂ। ਸੁਰ ਆਪਾਂ ਲੱਭ ਲਏ ਨੇ, ਹੁਣ ਆਪਾਂ ਇਹਨੂੰ ਵਜਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਇਹਨੂੰ ਕਿੱਦਾਂ ਵਜਾਉਣਾ, ਪਹਿਲਾਂ ਪੈਟਰਨ ਸਿੱਖਾਂਗੇ। 1 2 3 4, ਇਹ 1 2 3 4 ਦੀ ਜੋ ਕਾਊਂਟਿੰਗ ਹੈ ਇਹਨੂੰ ਆਪਾਂ ਦੋ ਵਾਰ ਰਿਪੀਟ ਕਰਾਂਗੇ ਆਪਣਾ ਜੋ ਪੈਟਰਨ ਆ। 1 2 3 4, 1 2 3 4, ਇਹ ਆਪਣਾ ਪੈਟਰਨ ਆ। 1 2 3 4, 1 2 3 4, ਜਾਣੀ ਕਿ 1 ਹੈ ਜੋ ਖਾਲੀ ਤਾਰ 'ਤੇ ਮਾਰਨਾ ਹੈ, ਤੋ ਤੋਂ ਬਾਅਦ 2 ਤਾਂ ਪਹਿਲੀ ਉਂਗਲ ਦੱਬਣੀ ਹੈ 2 'ਤੇ, ਅਤੇ 3 'ਤੇ ਦੂਜੀ ਉਂਗਲ, 4 'ਤੇ ਤੀਜੀ ਉਂਗਲ, ਅਤੇ ਉਸ ਤੋਂ ਬਾਅਦ ਫਿਰ 1 'ਤੇ ਤੀਜੀ ਉਂਗਲ ਚੱਕ ਲੈਣੀ ਆ, ਫਿਰ ਜਿਹੜਾ 2 ਆਊਗਾ ਉਹ 'ਤੇ ਆਪਾਂ ਦੂਜੀ ਉਂਗਲ ਚੱਕ ਲੈਣੀ, ਅਤੇ ਉਹ ਤੋਂ ਬਾਅਦ ਜਦੋਂ 3 ਆਊਗਾ ਤਾਂ ਪਹਿਲੀ ਉਂਗਲ ਵੀ ਚੱਕ ਲੈਣੀ, ਅਤੇ ਉਹ 'ਤੇ ਬਾਅਦ ਇੱਕ ਤੁਣਕਾ ਹੋਰ ਮਾਰਨਾ 4। ਇਹਨੂੰ ਆਪਾਂ ਸਮਝਦੇ ਹਾਂ ਵਜਾ ਕੇ। 1 2 3 4, 1 2 3 4, 1 2 3 4, 1 2 3 4। ਸੋ ਇਹ ਆਪਣਾ ਪੈਟਰਨ ਆ, ਇਹਨੂੰ ਆਪਾਂ ਹੁਣ ਰੈਗੂਲਰ ਵਜਾ ਕੇ ਦੇਖਦੇ ਹਾਂ। ਜੇ ਨਹੀਂ ਸਮਝ ਲੱਗੀ ਤਾਂ ਤੁਸੀਂ ਇੱਕ ਵਾਰ ਧਿਆਨ ਨਾਲ ਹੋਰ ਸੁਣ ਸਕਦੇ ਹੋ, ਮੈਂ ਇੱਕ ਵਾਰ ਹੋਰ ਦੱਸਦਾ। ਪਹਿਲੀ ਉਂਗਲ ਨਾਲ ਆਪਾਂ ਖਾਲੀ ਆ ਜਿਹੜਾ, ਇੱਕ ਆਉਣਾ ਖਾਲੀ 'ਤੇ, ਫਿਰ ਉਹਦੇ ਬਾਅਦ ਪਹਿਲੀ ਉਂਗਲ ਨਾਲ 1 2, ਫਿਰ 3, ਫਿਰ 4, ਫਿਰ 1, ਫਿਰ 2, ਫਿਰ 3, ਫਿਰ 4, ਜਿਹੜਾ ਲਾਸਟ ਵਾਲਾ 3-4 ਆ ਉਹ ਖਾਲੀ ਤਾਰ 'ਤੇ ਵੱਜਣਾ, ਠੀਕ ਹੈ ਜੀ। ਆ ਜਾਓ ਆਪਾਂ ਇਹਨੂੰ ਹੁਣ ਪਲੇ ਕਰਕੇ ਦੇਖਦੇ ਹਾਂ। 1 2 3 4, 1 2 3 4, 1 2 3 4, 1 2 3 4। ਸੋ ਇਹ ਪੈਟਰਨ ਆਪਾਂ 4 ਦੀ ਕਾਊਂਟਿੰਗ ਆ ਜੋ ਦੋ ਵਾਰ ਵਜਾਉਣੀ ਆ। 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4। ਸੋ ਇਹ ਆਪਣਾ ਅੱਜ ਦਾ ਪੈਟਰਨ ਆ, ਇਹ ਲੈਸਨ ਆ, ਇਹਨੂੰ ਆਪਾਂ ਰੈਗੂਲਰ ਕਾਊਂਟਿੰਗ 'ਚ ਪਲੇ ਕਰਨਾ, ਅਤੇ ਜਿਹਨੂੰ ਨਹੀਂ ਸਮਝ ਲੱਗੀ ਉਹ ਵੀਡੀਓ ਨੂੰ ਦੁਬਾਰਾ ਬੈਕ ਕਰਕੇ ਦੇਖ ਸਕਦਾ। ਤੀਜੀ ਉਂਗਲ ਲਾਉਣੀ ਥੋੜ੍ਹੀ ਜਿਹੀ ਟਫ ਹੁੰਦੀ ਹੈ, ਪਰ ਜਦੋਂ ਆਪਾਂ ਮਿਹਨਤ ਕਰਾਂਗੇ, ਪ੍ਰੈਕਟਿਸ ਕਰਾਂਗੇ ਤਾਂ ਇਹ ਵੀ ਲੱਗਣ ਲੱਗ ਜੂਗੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਸੋ ਆਪਾਂ ਇਹਦੀ ਰੈਗੂਲਰ ਪ੍ਰੈਕਟਿਸ ਕਰਨੀ ਆ, ਜਿੰਨਾ ਪਹਿਲਾਂ ਆਪਾਂ ਸਲੋ ਪ੍ਰੈਕਟਿਸ ਕਰਨੀ ਆ, ਉਹ ਤੋਂ ਬਾਅਦ ਆਪਾਂ ਤੇਜ਼ ਤੇਜ਼ ਪ੍ਰੈਕਟਿਸ ਕਰਾਂਗੇ ਇਹਦੀ। ਜਦੋਂ ਹੋਰ ਤੇਜ਼ ਕਰਾਂਗੇ ਤਾਂ ਇਹ ਹੋਰ ਤੇਜ਼ ਹੋ ਜੂਗੀ। ਇਹੀ ਪੈਟਰਨ ਇੱਦਾਂ ਹੀ ਗਾਣੇ ਵੱਜਦੇ ਨੇ। ਸੋ ਇਹ ਪੈਟਰਨ ਦੀ ਆਪਾਂ ਪ੍ਰੈਕਟਿਸ ਕਰਾਂਗੇ ਤਾਂ ਆਪਣੀ ਤੀਜੀ ਉਂਗਲ ਵੀ ਪੱਕ ਜੂਗੀ। ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਤੇਜ਼ ਕਰਕੇ ਦੇਖਦੇ ਹਾਂ। 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4, 1 2 3 4। ਸੋ ਇਹ ਅੱਜ ਦਾ ਆਪਣਾ ਜੋ ਚੈਪਟਰ ਹੈ, ਇਹੀ ਆਪਣਾ ਹੋਮਵਰਕ, ਇਹੀ ਲੈਸਨ ਹੈ। ਸੋ ਇਹ ਵੀ ਆਪਾਂ ਵੱਧ ਤੋਂ ਵੱਧ ਤਿਆਰੀ ਕਰਨੀ ਆ, ਜਿੰਨੀ ਵੱਧ ਪ੍ਰੈਕਟਿਸ ਕਰਾਂਗੇ ਉਨੀ ਛੇਤੀ ਆਪਾਂ ਸਿੱਖ ਸਕਾਂਗੇ। ਸੋ ਮੈਂ ਇਹੀ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਮੇਰੀ ਆ ਵੀਡੀਓ ਤੋਂ ਪੂਰਾ ਲਾਹਾ ਲੈਂਦੇ ਹੋਵੋਗੇ। ਸੋ ਜਿਹਨੂੰ ਨਹੀਂ ਵੀ ਕੁਛ ਸਮਝ ਲੱਗਦਾ, ਕੋਈ ਵੀ ਸ਼ੱਕ ਹੈ, ਕੋਈ ਡਾਊਟ ਹੈ, ਕਿਤੇ ਕਨਫਿਊਜ਼ਨ ਹੈ, ਕੋਈ ਦਿੱਕਤ ਆ ਰਹੀ ਆ, ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ, ਅਤੇ ਮੈਂ ਜ਼ਰੂਰ ਹਰੇਕ ਆਪਣੇ ਵੀਰ ਭਾਈ ਦੀ ਜ਼ਰੂਰ ਮਦਦ ਕਰਾਂਗਾ। ਸੋ ਸਾਰਿਆਂ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਪਹਿਲੇ ਲੈਸਨ ਜ਼ਰੂਰ ਦੇਖੋ, ਤਰਤੀਬ ਵਾਰ ਦੇਖੋ, ਤਾਂ ਕਿ ਸਾਰੀ ਗੱਲ ਆਪਾਂ ਨੂੰ ਸਮਝ ਆ ਸਕੇ। ਸੋ ਇਸ ਕਰਕੇ ਸਾਰੇ ਲੈਸਨ ਦੇਖੋ, ਅਤੇ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਕਮੈਂਟ ਕਰੋ, ਅਤੇ ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।